ਕਿਸਾਨ ਵੀਰ ਕਹਿੰਦੇ ਹੈ ਕਿ 50% ਹੋ ਚੁੱਕਿਆ, ਪਰ 50% ਮੈਨੂੰ ਨਹੀਂ ਲੱਗ ਰਿਹਾ ਕਿ 50% ਹੋਇਆ ਹੋਇਆ ਹੈ। ਕਿ ਸਾਨੂੰ ਕਹਿ ਸਕਦੇ ਅਸੀਂ 10 ਜਾਂ 20% ਵੀ ਨੁਕਸਾਨ ਹੈਗਾ, ਚਾਹੇ ਭਮੀਰੀ ਬਣ ਜਾਂਦੀ ਹੈ ਫੁੱਲ ਦੀ, ਤਾਂ ਇਹਦਾ ਮਤਲਬ ਇਹ ਕਿ ਤੁਹਾਡੇ ਖੇਤਾਂ ਦੇ ਵਿੱਚ ਗੁਲਾਬੀ ਸੁੰਡੀ ਆ ਗਈ ਹੈ। ਅੱਖਾਂ ਮੀਚ ਕੇ ਟਿੰਡੇ ਤੋੜਨੇ, ਤੇ 20 ਟਿੰਡਿਆਂ ਦੇ ਦੇਖ ਲਓ, ਜੇ ਤੁਸੀਂ 1-2 ਟਿੰਡਿਆਂ ਦੇ ਵਿੱਚ ਸੁੰਡੀ ਹੈਗੀ ਤਾਂ ਆਪਾਂ ਸਪਰੇਅ ਕਰਨੀ ਹੈ। ਟਿੰਡੇ ਤੋੜ ਕੇ ਕਹਿੰਦੇ ਤੁਹਾਡਾ ਤਾਂ ਨੁਕਸਾਨ ਹੀ 20% ਆ, ਇਹ ਤੁਸੀਂ ਆਪ ਦੇਖ ਲਓ ਜੀ ਖੇਤ ਚ ਕਿਹੋ ਜਿਹੀ ਫਸਲ ਖੜੀ ਆ। ਮੀਡੀਆ ਵਾਲੇ ਨਾਲ ਕੋਈ ਮਰਜ਼ੀ ਟਿੰਡਾ ਦੂਰ ਤੋੜ ਲਓ, ਹਰੇਕ ਟਿੰਡੇ ਚ ਉਹ ਸੁੰਡੀ ਨਿਕਲੂਗੀ। ਪਹਿਲਾਂ ਜਿਹੜਾ ਚੁਗਲਿਆ ਚੁਗਲਿਆ, ਬਾਕੀ ਤਾਂ ਹੁਣ ਹੈ ਨੀ ਕੁਛ ਪਿੱਛੇ ਰਹੇ ਥੱਲੇ। ਹਾਂ ਵੀ ਕਹਿ ਸਕਦੇ ਆ ਇੱਥੇ 20% ਸਾਨੂੰ ਲੱਗਿਆ, ਕਿਉਂਕਿ ਮੈਂ 10 ਟਿੰਡੇ ਤੋੜੇ, 10 ਚ ਮੈਨੂੰ 3 ਟਿੰਡਿਆਂ ਦੇ ਵਿੱਚ ਉਹ ਕਾਣਾ ਦਿਖਿਆ। ਠੀਕ ਹੈ, ਕੀ ਹੁੰਦਾ ਕਿਸਾਨ ਵੀਰ ਮੈਨੂੰ ਲਿਆ ਕੇ ਦੇ ਰਹੇ ਕਿ ਮੈਡਮ ਆਹ ਦੇਖੋ ਆਹ ਦੇਖੋ। ਕਿਸਾਨ ਵੀਰ ਇਹ ਹੈ ਕਿ ਅਸੀਂ ਕਹਿੰਦੇ ਹਾਂ ਕਿ ਜਦੋਂ ਜੁਲਾਈ ਆਨਵਰਡ ਜਦੋਂ ਫੁੱਲ ਖਿਲਣੇ ਸ਼ੁਰੂ ਹੁੰਦੇ ਹੈ, ਤੇ ਤੁਸੀਂ ਉਸੀ ਟਾਈਮ ਸੁੰਡੀ ਦਾ ਦੇਖੋ, ਜੇ ਤੁਹਾਨੂੰ ਲੱਗ ਰਿਹਾ ਵੀ ਹਮਲਾ ਹੈ ਤੇ ਸਪਰੇਆਂ ਸ਼ੁਰੂ ਕਰ ਦਿਓ। ਕੀ ਹੁੰਦਾ ਕਿ ਜਦੋਂ ਆਪਾਂ ਸਪਰੇਆਂ ਕਰਦੇ ਹਾਂ ਤੇ ਉੱਪਰ ਵਾਲੇ ਜੇ ਟਿੰਡੇ ਹੈ ਉਹ ਸਾਫ਼ ਰਹਿੰਦੇ ਤੇ ਹੌਲੀ ਹੌਲੀ ਉਹੀ ਟਿੰਡੇ ਥੱਲੇ ਆ ਕੇ ਬੜੇ ਹੋ ਜਾਂਦੇ। ਪਰ ਕੀ ਹੋਇਆ, ਆਪਾਂ 60-65 ਦਿਨ ਛੱਡ ਦਿਆ, 60-65 ਦਿਨ ਛੱਡ ਤੇ ਉਹਦੇ ਬਾਅਦ ਜਿਹੜੀ ਸੁੰਡੀ ਜਿਹੜੀ ਛੋਟੇ ਟਿੰਡੇ ਦੇ ਵਿੱਚ ਸੀ ਉਹ ਹੌਲੀ ਹੌਲੀ ਬੜੇ ਟਿੰਡੇ ਦੇ ਵਿੱਚ ਪਹੁੰਚ ਗਈ। ਤੇ ਤੁਸੀਂ ਆਪਾਂ ਹੁਣ ਜੇ ਟਿੰਡਾ ਬੜਾ ਟਿੰਡਾ ਤੋੜਦੇ ਤਾਂ ਉਹਦੇ ਵਿੱਚ ਸੁੰਡੀ ਹੈਗੀ ਹੈ। ਕਿਸਾਨ ਵੀਰ ਕਹਿੰਦੇ ਕਿ 50% ਹੋ ਚੁੱਕਿਆ, ਪਰ 50% ਮੈਨੂੰ ਨਹੀਂ ਲੱਗ ਰਿਹਾ ਕਿ 50% ਹੋਇਆ ਹੋਇਆ ਹੈ। ਕਿ ਸਾਨੂੰ ਕਹਿ ਸਕਦੇ ਅਸੀਂ 10 ਜਾਂ 20% ਵੀ ਨੁਕਸਾਨ ਹੈਗਾ। ਅਗਸਤ ਚ ਕੀੜਾ ਆ ਗਿਆ ਤਾਂ ਕਿਸਾਨਾਂ ਨੂੰ ਨਹੀਂ ਪਤਾ, ਕੋਈ ਕੈਂਪ ਲਾ ਕੇ ਇਹਨਾਂ ਨੂੰ ਅਵੇਅਰ ਕਰਿਆ ਜਾਵੇ। ਟਿੰਡੇ ਤੋੜ ਕੇ ਕਹਿੰਦੇ ਤੁਹਾਡਾ ਤਾਂ ਨੁਕਸਾਨ ਹੀ 20% ਆ, ਇਹ ਤੁਸੀਂ ਆਪ ਦੇਖ ਲਓ ਜੀ ਖੇਤ ਚ ਕਿਹੋ ਜਿਹੀ ਫਸਲ ਖੜੀ ਆ, 6000 ਤੋਂ ਉੱਪਰ ਹੀ ਵਿਕ ਰਿਹਾ ਹੈ। ਇਸ ਹਿਸਾਬ ਨਾਲ ਤਾਂ ਨੁਕਸਾਨ ਮੰਨ ਲਓ ਵੀ ਤੁਸੀਂ ਪੂਰਾ ਹੀ ਨੁਕਸਾਨ ਹੈ, ਮਤਲਬ ਬਚਦੀ ਕੁਛ ਨੀ। ਜਿਹੜਾ ਵੇਚਿਆ ਨਰਮ ਅਸੀਂ 10-10 ਹਜ਼ਾਰ ਦਾ ਵੇਚਿਆ ਕਿੱਲੇ ਦਾ, ਦੂਜਾ ਸਾਰਾ ਨੁਕਸਾਨ ਹੀ ਹੈ, ਡਬਲ ਲੇਬਰ ਪੈ ਗਈ ਜੀ ਉਹਦੇ ਤੇ। ਹੁਣ ਇਹ ਚੁਗਣ ਚ ਬਹੁਤ ਔਖਿਆਈ ਹੈ ਜੀ, ਮਤਲਬ ਬਸੇਰੀਆਂ ਤੇ ਕੋਈ ਚੁਗਦੀ ਨੀ, ਲੇਬਰ ਇਹਨੂੰ ਦਿਹਾੜੀ ਚ ਚੁਗਦੀ ਹੈ। ਖੇਤੀਬਾੜੀ ਮਹਿਕਮਾ ਕਹਿ ਰਿਹਾ ਵੀ 3 ਮੰਨ ਲਈ 20% ਹਮਲਾ, ਇੱਥੇ 100% ਹਮਲਾ, ਤੁਸੀਂ ਕੋਈ ਮਰਜ਼ੀ ਟਿੰਡਾ ਤੋੜ ਲਓ, ਤੁਸੀਂ ਮੀਡੀਆ ਵਾਲੇ ਨਾਲ ਹੋ, ਕੋਈ ਮਰਜ਼ੀ ਟਿੰਡਾ ਦੂਰ ਤੋੜ ਲਓ, ਹਰੇਕ ਟਿੰਡੇ 'ਚ ਉਹ ਸੁੰਡੀ ਨਿਕਲੂਗੀ। ਮੈਂ ਠੇਕੇ 'ਤੇ ਲੈ ਕੇ ਲਈ ਹੈ, 9 ਏਕੜ ਫਸਲ ਲਾਈ ਸੀ ਨਰਮੇ ਦੀ, ਲਗਭਗ ਤਬਾਹੀ ਹੋ ਗਈ ਉਹ, ਗੁਲਾਬੀ ਸੁੰਡੀ ਦਾ ਹਮਲਾ ਸੀਗਾ ਜੀ। ਜਿੰਨਾ ਵੀ ਜਲਦੀ ਹੋ ਸਕੇ ਕਿਸਾਨਾਂ ਨੂੰ ਬੰਦ ਦਾ ਮਾਜਵਾ ਦਿੱਤਾ ਜਾਵੇ, ਨਹੀਂ ਤਾਂ ਮਾਲਵਾ ਪੱਟੀ ਤਾਂ ਤਬਾਹ ਹੋ ਚੁੱਕੀ ਹੈ ਨਰਮੇ ਨੂੰ। ਉਹੀ ਅਸੀਂ ਦੇਖ ਰਹੇ ਤੇ ਕਿਸਾਨ ਵੀਰਾਂ ਨੂੰ ਅਸੀਂ ਦੇਖਿਆ ਕਿ ਹਾਂ ਇਹਦੇ ਵਿੱਚ ਜੇ ਅਸੀਂ 100 ਟਿੰਡੇ ਤੋੜਦੇ ਹਾਂ ਤੇ 3 ਟਿੰਡਿਆਂ 'ਚ, ਕਿਉਂਕਿ ਇਹਦੀ ਮੇਨ ਜਿਹੜਾ ਸੋਰਸ ਹੈਗਾ ਉਹ ਜਿੰਡਰੀ ਹੈ ਜਾਂ ਆਪਾਂ ਮਿਲ ਹੈ। ਮਿੱਲਾਂ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਆਪਣਾ ਚੰਗਾ ਨਰਮ ਹੈ ਉਹਦੇ ਤੋੜ ਕੇ ਰੱਖ ਲੈਂਦੇ ਹੈ, ਪਰ ਜਿਹੜੇ ਜਿਹਦੇ ਵਿੱਚ ਅੱਡ ਖਿੜੇ ਟਿੰਡੇ ਹੈਗੇ, ਅੱਧੇ ਟਿੰਡੇ ਖਿੜੇ ਹੈਗੇ ਜਾਂ ਨੁਕਸਾਨ ਵਾਲੇ ਹੈਗੇ, ਉਹਨਾਂ ਨੂੰ ਆਪਾਂ ਉਹ ਖੇਡ ਬਾਹਰ ਛੱਡ ਦਿੰਦੇ ਹਾਂ, ਅਤੇ ਉਹ ਉਹਦੀ ਸਭ ਤੋਂ ਬੜਾ ਸੋਰਸ ਬਣ ਗਿਆ ਕਿਉਂਕਿ ਉਹਦੇ ਵਿੱਚ ਪਤੰਗੇ ਨੂੰ ਉੜ ਕੇ ਆਉਣਾ। ਪਰ ਇਹਦੇ ਵਿੱਚ ਕੀ ਹੁੰਦਾ, ਜਿਹੜਾ ਟਿਓ ਅਣਖੇੜੇ ਟਿੰਡੇ ਪਏ ਆ ਜਾਂ ਪੁਰਾਣੀ ਸੜੀਆਂ ਹੋਈਆਂ ਛੱਟੀਆਂ ਜੀ ਪਈਆਂ, ਉਹਦੇ ਵਿੱਚ ਇਹ ਪਨਪਦੀ ਰਹਿੰਦੀ ਹੈ ਸੁੰਡੀ। ਪਨਪਣ ਨਾਲ ਕੀ ਹੁੰਦਾ ਕਿ 6 ਮਹੀਨੇ ਐਜ਼ ਇਟ ਇਜ਼ ਰਹਿੰਦੀ ਹੈ, ਜਦੋਂ ਜੂਨ ਜੁਲਾਈ ਦੇ ਵਿੱਚ ਨਵਾਂ ਸੀਜ਼ਨ ਨਿਕਲਦਾ ਹੈ ਫੁੱਲ ਖਿੜਦੇ ਹੈ
ਤੇ ਉਹਦੇ ਵਿੱਚ ਪਤੰਗਾ ਬਣ ਕੇ ਉੜ ਕੇ ਖੇਤਾਂ ਦੇ ਵਿੱਚ ਆ ਜਾਂਦੀ ਹੈ। ਇਸ ਕਰਕੇ ਆਪਾਂ ਕਿਸਾਨ ਵੀਰਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਜਦੋਂ ਨਵੰਬਰ 'ਚ ਚੁਗਾਈ ਹੋਊਗੀ, ਅਖੀਰਲੀ ਚੁਗਾਈ ਹੋਊਗੀ, ਤੁਸੀਂ ਉਹਦੇ ਵਿੱਚ ਡੰਗਰ ਵਾੜ ਦਿਓ। ਜਿਹੜੇ ਉਹ ਹਰੇ ਅੱਧ ਖਿੱਡੇ ਟਿੰਡੇ ਹੈਗੇ ਹੈ ਉਹਨਾਂ ਨੂੰ ਉਹ ਖਾ ਲੂੰਗੇ। ਜਾਂ ਫਿਰ ਕੀ ਕਹਿੰਦੇ ਆਪਾਂ ਤੁਸੀਂ ਛੱਟੀਆਂ, ਜੇ ਕਿਸਾਨ ਵੀਰ ਕਹਿੰਦੇ ਕਿ ਅਸੀਂ ਬਾਲਣ ਰੱਖਣਾ ਹੈ, ਤੇ ਤੁਸੀਂ ਬਾਲਣ ਰੱਖ ਸਕਦੇ ਹੋ, ਉਹਨਾਂ ਨੂੰ ਛੱਟੀਆਂ ਨੂੰ ਤੋੜੋ ਤੇ ਉਹਨੂੰ ਚੰਗੀ ਤਰ੍ਹਾਂ ਕੱਢ ਲਓ। ਕੱਢਣ ਨਾਲ ਕੀ ਹੁੰਦਾ ਕਿ ਜਿਹੜੇ ਅੱਧ ਕੇ ਟਿੰਡੇ ਜਿਹਦੇ ਵਿੱਚ ਸੁੰਡੀ ਪਨਪ ਰਹੀ ਹੈ ਤੁਸੀਂ ਉਹਨਾਂ ਨੂੰ ਖਤਮ ਕਰ ਸਕਦੇ ਹੋ।